ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਜੋ ਅੱਜ 10th ਕਲਾਸ ਦਾ ਫਾਈਨਲ ਐਗਜ਼ਾਮ ਹੋ ਚੁੱਕਿਆ ਪੰਜਾਬੀ A ਦਾ ਇਸਦੇ ਆਪਾਂ ਆਨਸਰਸ ਡਿਸਕਸ ਕਰਾਂਗੇ ਤਾਂ ਕਿ ਸਟੂਡੈਂਟਸ ਤੁਸੀਂ ਜਾਣ ਸਕੋਗੇ ਵੀ ਕਿਸ ਕੁਐਸਚਨ ਦਾ ਜਿਹੜਾ ਕੀ ਰਾਈਟ ਆਨਸਰ ਬਣਦਾ ਸੀ ਤੇ ਆਈ ਹੋਪ ਸਾਰੇ ਸਟੂਡੈਂਟਸ ਦਾ ਜਿਹੜਾ ਕੀ ਐਗਜ਼ਾਮ ਬਹੁਤ ਵਧੀਆ ਹੋਇਆ ਹੋਣਾ ਸੋ ਹੋ ਚੁੱਕੇ ਐਗਜ਼ਾਮ ਦੇ ਜਿਹੜੇ ਕੀ ਆਨਸਰਸ ਡਿਸਕਸ ਕਰਦੇ ਆ ਪੰਜਾਬੀ A 10th ਕਲਾਸ 10th ਕਲਾਸ ਦਾ ਜਿਹੜੇ ਕਿ ਪੰਜਾਬੀ ਦਾ ਜਿਹੜੇ ਕਿ ਪੇਪਰ ਆਇਆ ਹੈ ਇਹ ਹਾਂਜੀ ਫਰਸਟ ਜਿਹੜੇ ਕਿ ਵਸਤੂਨਿਸ਼ਟ ਕੁਐਸਚਨ ਆਪਾਂ ਦੇਖਦੇ ਹਾਂ ਇੱਕ ਹੋਰ ਨਵਾਂ ਸਾਲ ਦੇ ਕਾਂਡ ਦੋ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖਣਾ ਤਾਂ ਕਿਸੇ ਜਿਹੜੇ ਕਿ ਇਹਦੇ ਕਾਂਡ ਤਿੰਨ ਸੀ ਤਿੰਨ ਕਾਂਡ ਕਿਹੜੇ-ਕਿਹੜੇ ਨੇ ਇੱਕ ਹੈਗਾ ਸਵੇਰ ਪਹਿਲਾ ਦੂਜਾ ਹੈਗਾ ਦੁਪਹਿਰ ਤੀਜਾ ਹੈਗਾ ਸ਼ਾਮ ਤਾਂ ਜਿਹੜੇ ਕਿ ਦੁਪਹਿਰ ਦੇ ਦੋ ਪਾਤਰ ਲਿਖਣੇ ਸੀ ਤਾਂ ਦੁਪਹਿਰ ਦੇ ਪਾਣ ਦੋ ਕਿਸੇ ਇੱਕ ਪਾਤਰ ਦਾ ਨਾਮ ਲਿਖਣਾ ਤਾਂ ਇਹਦੇ ਵਿੱਚ ਮੁੱਖ ਹੀ ਹੈਗਾ ਜਿਹੜਾ ਕਿ ਰਿਕਸ਼ਾ ਚਾਲਕ ਸੀ ਉਹ ਸੀ ਬੰਤਾ ਇਸ ਤੋਂ ਇਲਾਵਾ ਇਸ ਕਾਂਡ ਦੇ ਵਿੱਚ ਜਿਹੜੇ ਕਿ ਹੋਰ ਵੀ ਪਾਤਰ ਨੇ ਜਿਵੇਂ ਦਿਆਲਾ ਜੀ ਇਸ ਬੱਚ ਨੇ ਲਿਖਿਆ ਹੋਊਗਾ ਉਹ ਵੀ ਠੀਕ ਹੈ ਦਿਆਲਾ ਤਾਰੂ ਠੀਕ ਹੈ ਤਾਰੂ ਤੇ ਫੁਮਣ ਅਗਲਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਕਿਸ ਕਾਵਤਾਰਾਂ ਨਾਲ ਸੰਬੰਧਿਤ ਨੇ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਮਤ ਕਾਵਤਾਰਾਂ ਨਾਲ ਗੁਰਮਤ ਕਾਵਤਾਰ ਅਗਲਾ ਹੈ ਚੰਡੀ ਦੀ ਵਾਰ ਦੀ ਰਚਨਾ ਕਿਹਨੇ ਕੀਤੀ ਹੈ ਤਾਂ ਚੰਡੀ ਦੀ ਵਾਰ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ ਉਸ ਤੋਂ ਹੈ ਅਗਲਾ ਆਪਣਾ ਕੁਐਸਚਨ ਕੀ ਘਰ ਇੱਟਾਂ ਜਾਂ ਬਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਤਾਂ ਨਹੀਂ ਬਲਕਿ ਘਰ ਤਾਂ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਦੇ ਜਿਹੜੇ ਕਿ ਸਦਰਾਂ ਪਲਦੀਆਂ ਨੇ ਜਿੱਥੇ ਉਸਨੇ ਮਾਂ ਭੈਣ ਭਰਾ ਦਾ ਜਿਹੜੇ ਕਿ ਆਪਣਾ ਪਿਆਰ ਮੰਨਿਆ ਹੁੰਦਾ ਤੇ ਇਹ ਬਾਹਰੋਂ ਜਿਹੜੀ ਕਿ ਕਮਾਈ ਖੱਟ ਕੇ ਜਿੱਥੇ ਪਰਤਨ ਨੂੰ ਜੀ ਕਰਦਾ ਘਰ ਉਹ ਚੀਜ਼ ਹੁੰਦੀ ਹੈ ਅਗਲਾ ਹੈ ਰਵਾ ਮਗਾਉਣ ਦਾ ਵਿਰਤਾਂਤ ਲੇਖਕ ਦਾ ਲੇਖਕ ਕੌਣ ਹੈ ਤਾਂ ਇਸ ਲੇਖ ਦਾ ਲੇਖਕ ਕੌਣ ਹੈ ਤਾਂ ਹੈ ਵਾਰਤਕ ਭਾਗ ਦੇ ਵਿੱਚੋਂ ਤਾਂ ਇਸ ਦਾ ਲੇਖਕ ਹੈ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਉਸ ਤੋਂ ਬਾਅਦ ਅਗਲਾ ਆਪਣਾ ਹੈਗਾ ਬਾਗੀ ਦੀ ਧੀ ਕਹਾਣੀ ਕਿਸ ਕਹਾਣੀਕਾਰ ਦੀ ਲਿਖੀ ਹੋਈ ਹੈ ਤਾਂ ਬਾਗੀ ਦੀ ਧੀ ਹੈਗੀ ਹੈ ਕਹਾਣੀ ਇਹ ਅ ਗੁਰਮukh ਸਿੰਘ ਮੁਸਾਫਰ ਦੀ ਗੁਰਮukh ਸਿੰਘ ਮੁਸਾਫਰ ਅਗਲਾ ਹੈ ਕੁਐਸਚਨ ਆਪਣਾ ਕੁਲਫੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖਣਾ ਤਾਂ ਕੁਲਫੀ ਕਹਾਣੀ ਦੇ ਵਿੱਚ ਇੱਕ ਪਾਤਰ ਕਾਕਾ ਤੇ ਕੁਲਫੀ ਕਹਾਣੀ ਸੁਜਾਨ ਸਿੰਘ ਦੀ ਹੈ ਨੈਕਸਟ ਬਾਕੀ ਇਹਦੇ ਵਿੱਚ ਕੁਲਫੀ ਖਾਣੇ ਚ ਕਿਸੇ ਇੱਕ ਪਾਤਰ ਦਾ ਨਾਮ ਲਿਖਣਾ ਸੀ ਜਿਵੇਂ ਸ਼ਾਹਾਂ ਦਾ ਮੁੰਡਾ ਉਹ ਵੀ ਠੀਕ ਹੈ ਠੀਕ ਹੈ ਕਹਾਣੀਕਾਰ ਜਾਂ ਮੈਂ ਪਾਤਰ ਉਹ ਵੀ ਠੀਕ ਨੇ ਕੁਲਫੀ ਵਾਲਾ ਉਹ ਵੀ ਠੀਕ ਹੈ ਪਾਤਰ ਕਿਉਂਕਿ ਕਿਸੇ ਇੱਕ ਪਾਤਰ ਦਾ ਨਾਮ ਲਿਖਣਾ ਸੀ ਅਗਲਾ ਕੁਐਸਚਨ ਹੈ ਬਲਵੰਤ ਗਾਰਗੀ ਦੀ ਕਿਹੜੀ ਇਕਾਂਗੀ ਵੰਗੀ ਦੇ ਵਿੱਚ ਦਰਜ ਹੈ ਤਾਂ ਬਲਵੰਤ ਗਾਰਗੀ ਦੀ ਜਿਹੜੀ ਕਿ ਇਕਾਂਗੀ ਹੈਗੀ ਬੰਬ ਕੇਸ ਬੰਬ ਕੇਸ ਅਗਲਾ ਹੈ ਸਮੁੰਦਰੋਂ ਪਾਰ ਇੱਕ ਅੰਗਿਮ ਅਨੁਸਾਰ ਬਲਵੰਤ ਢਿੱਲੋ ਹਰਦੇਵ ਦਾ ਕੀ ਲੱਗਦਾ ਸੀ ਤਾਂ ਇਹ ਦੋਸਤ ਅਗਲਾ ਹੈ ਇੱਕ ਹੋਰ ਨਵਾਂ ਸਾਲ ਕਾਂਡ ਤਿੰਨ ਦਾ ਕੀ ਨਾਂ ਹੈ ਤਾਂ ਇਹਦੇ ਵਿੱਚ ਤਿੰਨ ਕਾਂਡ ਨੇ ਫਸਟ ਜਿਹੜਾ ਕੀ ਹੈਗਾ ਇਹਦੇ ਤਿੰਨ ਤੀਜੇ ਦਾ ਦੱਸਣਾ ਦਾ ਤੀਜੇ ਦਾ ਹੈਗਾ ਸੀ ਸ਼ਾਮ ਫਸਟ ਦਾ ਹੈਗਾ ਸਵੇਰ ਸੈਕੰਡ ਦੁਪਹਿਰ ਥਰਡ ਹੈਗਾ ਸ਼ਾਮ ਅੱਗੇ ਪ੍ਰਸੰਗ ਦੇ ਸਹਿਤ ਵਿਆਖਿਆ ਸੀ ਤਾਂ ਇਹ ਜਿਹੜੇ ਕਿ 17 ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਛੇ ਫੌਜਾਂ ਭਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਤਾਂ ਇਹ ਜਿਹੜੇ ਕਿ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਦਾ ਇਹ ਫਰੰਗੀਆਂ ਦੇ ਵਿੱਚੋਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਦੇ ਵਿੱਚੋਂ ਹੈ ਸ਼ਾਹ ਮੁਹੰਮਦ ਜਿਹੜੀ ਕਿ ਰਚਨਾ ਅਗਲਾ ਹੈ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮਹਿ ਪਾਇਆ ਸੇਵ ਕਰੀ ਪਲ ਜਸ ਜਸਾ ਨਾ ਵਿਛੜ ਜਨ ਨਾਨਕ ਦਾਸ ਤੁਮਾਰੀ ਜੀਓ ਹਾਉ ਕੋ ਕੌਲੀ ਜੀਓ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੀ ਜੀਓ ਤਾਂ ਇਹ ਜਿਹੜੀ ਕਿ ਬਾਣੀ ਜਿਹਾਂ ਸਤਰਾ ਨੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਇਹਦੇ ਵਿੱਚੋਂ ਲੈ ਆਈਆਂ ਨੇ ਅਗਲਾ ਹੈਗਾ ਸਾਈ ਜਿਨਾੰਦੜੇ ਵੱਲ ਤੀਨਾਂ ਨੂੰ ਗਮ ਕਹਿੰਦਾ ਵੇ ਲੋਕਾ ਸਈ ਭਲੀਆਂ ਜੋ ਰੱਬ ਵੱਲ ਆਈਆਂ ਜਿਨ੍ਹਾਂ ਨੂੰ ਇਸ਼ਕ ਝੋਕਾ ਵੇ ਲੋਕਾ ਇਸ਼ਕੇ ਦੀ ਸਿਰਖਾਰੀ ਚਾਹਾਂ ਦਰਦਰ ਐਨੀਆਂ ਹੋਕਾ ਵੇ ਲੋਕਾ ਤਾਂਹੇ ਸ਼ਾਹ ਉਜ਼ੈਨ ਦੀ ਸ਼ਾਹ ਹੋ ਸੇਂਦੀ ਜਿਹੜੀ ਕਿ ਕਾਫੀ ਹੈ ਸਾਈਂ ਜਿਨ੍ਹਾਂ ਦੇ ਵੱਲ ਉਸ ਦੇ ਵਿੱਚੋਂ ਲੱਗੇ ਨੇ ਸਾਈਂ ਜਿਨ੍ਹਾਂ ਦੇ ਵੱਲ ਅੱਗੇ ਹੈ ਕੁਝ ਡਿਗਦੀ ਅਗਲਾ ਕੁਝ ਡਿਗਦੀ ਕੁਝ ਟੈਂਦੀ ਉੱਠਦੀ ਬੈਂਦੀ ਤੇ ਦਮ ਲੈਂਦੀ ਇਹ ਸੀ ਸੱਸੀ ਪੁੰਨੂ ਸੱਸੀ ਪੁੰਨੂ ਦੇ ਕਿਸੇ ਦੇ ਵਿੱਚੋਂ ਸੀ ਇਹ ਸੱਸੀ ਪੁੰਨੂ ਜਿਹੜਾ ਕਿ ਕਿੱਸਾ ਹੈ ਹਾਸ਼ਮ ਹਾਸ਼ਮ ਸ਼ਾਹ ਦਾ ਅੱਗੇ ਸੀ ਕੇਂਦਰੀ ਭਾਗ ਦੈਨ ਅੱਗੇ ਸਾਰ ਕਵਸਚਨ ਅਨਸਰ ਹੁਣ ਮੈਂ ਤੁਹਾਨੂੰ ਜਿਹੜੀ ਕਿ ਵਾਰਤਾਲਾਪ ਦੱਸਦੀ ਆ ਮੈਨੂੰ ਪਹਿਲਾਂ ਹੀ ਸ਼ੱਕ ਸੀ ਵੈਸੇ ਇੱਥੋਂ ਪਤਾ ਲੱਗ ਰਿਹਾ ਕਿ ਸ਼ਰਨਜੀਤ ਠੀਕ ਹੈ ਤਾਂ ਇਹ ਸ਼ਰਨਜੀਤ ਤੇ ਵਾਜਵਾ ਇਹ ਸਮੁੰਦਰੋਂ ਪਾਰ ਇਕਾਂਗੀ ਦੇ ਵਿੱਚੋਂ ਨੇ ਸਮੁੰਦਰੋਂ ਪਾਰ ਇਕਾਂਗੀ ਦੇ ਵਿੱਚੋਂ ਤਾਂ ਇਹ ਸ਼ਬਦ ਕਿਸ ਨੇ ਕਿਸ ਨੂੰ ਤੇ ਕਦੋਂ ਕਹੇ ਤਾਂ ਇਹ ਸ਼ਬਦ ਆ ਜਿਹੜੇ ਕਿ ਸ਼ਰਨਜੀਤ ਨੇ ਬਲਦੇਵ ਢਿੱਲੋਂ ਨੂੰ ਕਹੇ ਸੀ ਜਦੋਂ ਇਹ ਦੱਸਦਾ ਕਿ ਵਾਜਵਾ ਦੇ ਇੰਗਲੈਂਡ ਆਉਣ ਬਾਰੇ ਸੁਣ ਕੇ ਕਿੰਨਾ ਗੁੱਸੇ ਵਿੱਚ ਹੈ ਤਾਂ ਸ਼ਰਨਜੀਤ ਨੂੰ ਵਾਜਵੇ ਦੇ ਕੀ ਸ਼ਖਸੀ ਤਾਂ ਸ਼ਰਨਜੀਤ ਨੂੰ ਸ਼ੱਕ ਸੀ ਕਿ ਉਸ ਦਾ ਪਤੀ ਬਾਜ ਉਹ ਉਸ ਨੂੰ ਦੇਖ ਕੇ ਕਿ ਨਹੀਂ ਸੁਵਾਏਗਾ ਬਲਕਿ ਉਸ ਨੂੰ ਮਾਰਨ ਤੱਕ ਜਾ ਸਕਦਾ ਹੈ ਤੇ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਿਆਏ ਗਏ ਨੇ ਤਾਂ ਇਹ ਸ਼ਬਦ ਹੈ ਜਿਹੜੇ ਕਿ ਸਮੁੰਦਰੋਂ ਪਾਰ ਇਕਾਂਗੀ ਕਪੂਰ ਸਿੰਘ ਘੁੰਮਣ ਦੀ ਵਿੱਚੋਂ ਲੈ ਕੇ ਨੇ ਅਗਲਾ ਹੈ ਨਹੀਂ ਤੁਪਲੇਖੇ ਵਿੱਚ ਰਹਾ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ ਤਾਂ ਇਹ ਜਿਹੜੇ ਕਿ ਇਕਾਂਗੀ ਸੀ জাফর ਨਾਮ ਇਕਾਂਗੀ ਹਰਚਰਨ ਸਿੰਘ ਦੀ ਹੈ ਇਹਦੇ ਵਿੱਚੋਂ ਲਿਆ ਗਿਆ ਸੀ ਇਹ ਸ਼ਬਦ ਕਿਸ ਨੇ ਕਿ ਸਾਨੂੰ ਤੇ ਕਦੋਂ ਕਹੇ ਤਾਂ ਇਹ ਜਿਹੜੇ ਕਿ ਸ਼ਬਦ ਔਰੰਗਜ਼ੇਬ ਨੂੰ ਕਹੇ ਸੀ ਇੱਕ ਵਾਕ ਆਵਾਜ਼ ਨੇ ਔਰੰਗਜ਼ੇਬ ਨੂੰ ਕਹੇ ਤੇ ਅਸ਼ੋਕ ਤਾਂ ਇਹ ਜਿਹੜੇ ਕਿ ਅਸ਼ੋਕ ਧੱਕਰ ਨੇ ਆਪਣੇ ਰਾਜ ਦੇ ਨਹੀਂ ਕਿਵੇਂ ਪੱਕੀਆਂ ਕੀਤੀਆਂ ਤਾਂ ਲੋਕਾਂ ਨੇ ਦਿਲ ਜਿੱਤ ਕੇ ਤੇ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਤਾਂ ਜਿਹੜੇ ਕਿ ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਤਾਂ ਇਹ ਜਿਹੜੇ ਕਿ ਕੌਣ ਦੁਖੀ ਸੀ ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸਿਆ ਸੂਫੀ ਤੇ ਕੁੱਲ ਹਿੰਦੂ ਜਾਤੀ ਤੇ ਉਸ ਤੋਂ ਬਾਅਦ ਅੱਗੇ ਪ੍ਰਸੰਗ ਸਹਿਤ ਵਿਆਖਿਆ ਜਿਹੜੇ ਕਿ ਨਾਵਲ ਨਾਵਲ ਜਿਹੜਾ ਕਿ ਹੈਗਾ ਇੱਕ ਹੋਰ ਨਵਾਂ ਸਾਲ ਇੱਕ ਹੋਰ ਨਵਾਂ ਸਾਲ ਨੁਰੰਜਨ ਤੇ ਸੁਨੀਮ ਦਾ ਇਹਦੇ ਵਿੱਚੋਂ ਸਾਡੇ ਕੋਲ ਬੇਹਲ ਕਿੱਥੇ ਬਾਤਾਂ ਸੁਣਨ ਦੀ ਛੋਟੇ ਹੁੰਦੇ ਆ ਤਾਂ ਇਹ ਜਿਹੜੇ ਕਿ ਸ਼ਬਦ ਨੁਰੰਜਨ ਤੇ ਸੁਨੀਮ ਦੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਵਿੱਚੋਂ ਲਏ ਗਏ ਨੇ ਤਾਂ ਇਹ ਬੰਤੇ ਦੀ ਪੁਰਾਣੀ ਯਾਦ ਦੇ ਨਾਲ ਸੰਬੰਧਿਤ ਨੇ ਤੇ ਵਿਅਕਿਆ ਦੇ ਵਿੱਚ ਇਹ ਕਿ ਬੰਤੇ ਨੇ ਕਿਹਾ ਸੀ ਕਿ ਜਦੋਂ ਦੋ ਦੋ ਕੋਲ ਬਾਤਾਂ ਸੁਣਨ ਦੀ ਬੇਹਲ ਨਹੀਂ ਸੀ ਤਾਂ ਉਹ ਕਦੇ ਛੋਟਾ ਹੁੰਦਾ ਬੇਬੇ ਕੋਲੋਂ ਬਾਤਾਂ ਸੁਣਦਾ ਸੀ ਤੇ ਅਗਲਾ ਹੈ ਖੇਡਿਆ ਮੱਲਿਆ ਕਰਨਾ ਬੱਚਿਆਂ ਦੇ ਨਾਲ ਤਾਂ ਇਹ ਸ਼ਬਦ ਵੀ ਨਰੰਜਨ ਦੇ ਸਨੀਪ ਦੇ ਨਾਵਲ ਦੇ ਵਿੱਚੋਂ ਇੱਕ ਹੋਰ ਨਵਾਂ ਸਾਲ ਦੇ ਵਿੱਚੋਂ ਨੇ ਤਾਂ ਇਹਦੇ ਵਿੱਚ ਕੁਝ ਤਾਂ ਬਡੇਰੀ ਉਮਰ ਦੇ ਬਾਪ ਨੇ ਜਿਹੜੀ ਕਿ ਆਪਣੀ ਜਵਾਨ ਪਤਨੀ ਨੂੰ ਇਹ ਸ਼ਬਦ ਕਹੇ ਸੀ ਜਦੋਂ ਉਹ ਉਸ ਨੂੰ ਚੰਗੇ ਕੱਪੜੇ ਪਾਉਣ ਚੰਗੇ ਨਹੀਂ ਲੱਗਦੇ ਤੇ ਉਹਨੂੰ ਭੁੱਖ ਵੀ ਨਹੀਂ ਲੱਗਦੀ ਤੇ ਇਹਦੇ ਵਿੱਚ ਵਿਆਖਿਆ ਵਡੇਰੀ ਉਮਰ ਦਾ ਪਤੀ ਆਪਣੀ ਜਵਾਨ ਪਤਨੀ ਨੂੰ ਕਹਿੰਦਾ ਕਿ ਉਹ ਉਸਦੇ ਬੱਚਿਆਂ ਦੇ ਨਾਲ ਖੇਡ ਮਾਲ ਕੇ ਖੁਸ਼ ਰਹਾ ਕਰੇ ਪਰ ਉਹ ਤਾਂ ਉਹ ਨੂੰ ਬੁਲਾਉਂਦੀ ਵੀ ਨਹੀਂ ਇਹ ਠੀਕ ਨਹੀਂ ਥੈਂਕਸ